ਇੰਨਾ ਉਹੀ ਜੋ ਅੰਦਰ ਉਹੀ ਬਾਹਰ ਉਹ ਹੈਗਾ ਇਹ ਨਹੀਂ ਹੈਗਾ ਵੀ ਕੋਈ ਕੋਈ ਗੋਲ ਕਮਾਰ ਪਾ ਕੇ ਕੋਈ ਗੱਲ ਕਰ ਜੋ ਸਿੱਧੀ ਗੱਲ ਕਰ ਰਹੀ ਹੈਗੀ ਹੈ ਇੰਨਾ ਡਿਵੀਜ਼ਨ ਆ ਚੁੱਕੀ ਹੈ ਤੇ ਕਮਿਊਨਿਟੀ ਜਿਹੜੀਆਂ ਨੇ ਉਹ ਡਿਵਾਈਡ ਕੀਤੀਆਂ ਜਾ ਚੁੱਕੀਆਂ ਨੇ ਔਰ ਜਿਹੜੀ ਹੈਗੀ ਆ ਮਾਫੀਆ ਜਿਹੜਾ ਹੈਗਾ ਵਾ ਉਹ ਮੇਰਥੇ ਕਾਉਂਸਲ ਨੂੰ ਕੰਟਰੋਲ ਕਰਨ ਲੱਗ ਗਿਆ ਦੂਜੀ ਚੀਜ਼ ਦੀ ਬੜੀ ਪ੍ਰੋਬਲਮ ਹੈ ਦੇਖੋ ਗੈਂਗਸ ਫੈਡਰਲ ਗਵਰਨਮੈਂਟ ਨੇ ਸਿਟੀ ਸਾਰੇ ਨੂੰ ਪੈਸੇ ਦਿੱਤੇ ਇਹਨਾਂ ਚੁੱਕ ਕੇ 10-11 ਆਰਗੇਨਾਈਜੇਸ਼ਨ ਦਿੱਤੀਆਂ ਵੀ ਅੱਜ ਤੇ ਜਰਬੀ ਲੋੜ ਆ ਅੱਜ ਲੀਡਰਸ਼ਿਪ ਦੀ ਲੋੜ ਆ ਅੱਜ ਉਹ ਇਨਸਾਨ ਦੀ ਲੋੜ ਆ ਜਿਹੜਾ ਲੋਕਾਂ ਨੂੰ ਇਕੱਠੇ ਕਰ ਸਕੇ بجائے ਕਿ ਜਿਸ ਤਰੀਕੇ ਨਾਲ ਇਹ ਮੇਅਰ ਐਂਡ ਕਾਉਂਸਲ ਡਿਵਾਈਡ ਕਰ ਰਹੇ ਆ ਆਸੂ ਪਿਆ ਪਿਆ ਸਾਹਮਣੇ ਦੀਆਂ ਔਰ ਹਾਲਾਤਾਂ ਵੀ ਦੇਖ ਲਈਏ ਕਈ ਮਾਰਕਾਂ ਦੇ ਵਿੱਚ ਜਾਮ ਹਨ ਥੇਰੀਆਂ ਦੇ ਵਿੱਚ ਤਾਂ ਦਮ ਹਨ ਕੁੱਛ ਉਹ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਹੋਰ ਹੀ ਸ਼ਹਿਰ ਚ ਆ ਗਏ ਹੋ ਨਾ ਜਾਂ ਹੋਰ ਦੇਸ਼ ਈ ਆ ਗਏ ਹੋ ਨਾ ਇਹ ਹਾਲਾ ਇਹ ਕੋਈ ਬਿੰਦਿਆ ਜੇ ਤੁਸੀਂ ਚਾਹੁੰਦੇ ਹੋ ਆਮ ਸਧਾਰਨ ਇਨਸਾਨ ਵੀ ਸਿਟੀ ਤੱਕ ਪਹੁੰਚ ਹੋਵੇ ਇਹ ਮਾਫੀਆ ਜਿਹੜਾ ਇਸ ਵੇਲੇ ਹੈਗਾ ਉਹਨੂੰ ਬਾਹਰ ਕੱਢਿਆ ਜਾਵੇ ਤਾਂ ਤੁਸੀਂ ਕਿਰਪਾ ਕਰਕੇ 15 ਅਕਤੂਬਰ ਨੂੰ ਵੋਟ ਜ਼ਰੂਰ ਪਾਓ ਐਡਵਾਂਸ ਪੋਲ ਵੀ ਹੋਣਿਆ ਉਹਨਾਂ ਦੀ ਇਨਫਰਮੇਸ਼ਨ ਵੀ ਜਿਸ ਕਾਲ ਜੀ ਤੁਸੀਂ ਦੇਵੋਗੇ ਪਲੀਜ਼ ਜ਼ਰੂਰ ਬਾਹਰ ਆ ਕੇ ਮੈਂ ਇਹ ਬੇਨਤੀ ਕਰਨਾ ਮੈਂ ਤਾਂ ਇਹ ਹੀ ਕਹਿਣਾ ਵੀ ਸੁਖ ਧਾਲੀਵਾਲ ਨੂੰ ਔਰ ਜੁਆਇਨਟ ਸਟੇਟਰੀ ਨੂੰ ਵੋਟ ਪਾਓ ਪਰ ਤੁਹਾਡੇ ਵੋਟ ਦਾ ਹੱਕ ਤੁਹਾਨੂੰ ਮਿਲਿਆ ਤੁਸੀਂ ਜਰੂਰ ਆਓ ਵੋਟ ਜਿਹੜੀ ਹੈ ਆਪਣੀ ਉਹਦਾ ਇਸਤੇਮਾਲ ਕਰਕੇ ਅੱਜ ਸਿਟੀ ਹਾਲ ਨੂੰ ਇਹਨਾਂ ਮਾਫੀਆ ਤੋਂ ਬਚਾਓ ਤੇ ਸਹੀ ਬੰਦਿਆਂ ਦੇ ਹੱਥ ਦੇ ਵਿੱਚ ਇਹਦੀ ਬਾਗ ਡੋੜ ਦਿਓ ਤਾਂ ਕਿ ਤੁਹਾਡਾ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਹੈ ਸਾਡੇ ਬਿਜ਼ਨਸ ਦਾ ਭਵਿੱਖ ਜਿਹੜਾ ਉਹ ਵਧੀਆ ਬਣ ਸਕੇ ਦੋਸਤੋ ਅਸੀਂ ਅੱਜ ਖਾਸ ਗੱਲਬਾਤ ਕਰਨੀਆਂ ਸੁਖ ਧਾਲੀਵਾਲ ਉਹਨਾਂ ਦੇ ਨਾਲ 15 ਅਕਤੂਬਰ ਨੂੰ ਇਲੈਕਸ਼ਨ ਡੇ ਆ ਮੇਅਰ ਦੇ ਲਈ ਉਮੀਦਵਾਰ ਨੇ ਅ ਅਸੀਂ ਤੁਹਾਡੇ ਤੱਕ ਜਾਣਨਾ ਚਾਹੁੰਦੇ ਆ ਉਹਨਾਂ ਨਾਲ ਗੱਲਬਾਤ ਕਰਕੇ ਕੀ ਕੀ ਐਸ ਵੇਲੇ ਆਸ਼ੇ ਨੇ ਕੀ ਕੀ ਕਰਨਾ ਚਾਹੁੰਦੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤਰਵਲ ਸਾਹਿਬ ਮੈਂਬਰ ਪਾਰਲੀਮੈਂਟ ਹੋ ਤੁਸੀਂ ਬੜਾ ਵਧੀਆ ਸਾਰਾ ਕੁਝ ਚੱਲੀ ਜਾਂਦਾ ਇਧਰਲੇ ਪਾਸੇ ਕਿਉਂ ਆ ਰਹੇ ਹੋ ਜੀ ਕਿ ਦੇਖੋ ਜਦੋਂ ਗੱਲ ਕਰਦੇ ਹੈਗੇ ਸਰੀ ਲੋਕਾਂ ਨੇ ਇੱਕ ਬਹੁਤ ਵੱਡੀ ਪ੍ਰਿਵੀਲੇਜ ਦਿੱਤੀ ਪੰਜ ਵਾਰ ਮੈਂਬਰ ਆਫ ਪਾਰਲੀਮੈਂਟ ਬਣਾ ਕੇ ਭੇਜਿਆ ਉਕਿ ਉਹਨਾਂ ਨੇ ਜਿਹੜਾ ਐਡਾ ਵੱਡੀ ਪ੍ਰਿਵੀਲੇਜ ਦੇਣੀ ਇੱਕ ਮੇਰੇ ਲਈ ਬੜਾ ਵੱਡਾ ਮਾਣ ਆ ਔਰ ਜਦੋਂ ਸਰੀ ਸ਼ਹਿਰ ਦੀ ਗੱਲ ਕਰਦੇ ਆ ਇੱਥੇ ਜਿਹੜੇ ਹੈਗੇ ਆ ਮੇਰੀ ਫੈਮਿਲੀ ਜਿਹੜੀ ਬੱਚੇ ਵੱਡੇ ਹੋਏ ਆ ਇੱਥੇ ਹੀ ਮੇਰਾ ਸਮਾਲ ਬਿਜ਼ਨਸ ਰਨ ਕਰਦਾ ਇਹੀ ਮੇਰਾ ਪਾਈਚਾਰਾ ਇੱਥੇ ਮੇਰੇ ਬਜ਼ੁਰਗ ਪਿੰਨ ਜਦੋਂ ਸਰੀ ਮੇਰਾ ਸ਼ਹਿਰ ਆ ਜਦੋਂ ਮੈਂ ਦੇਖਾਂ ਵੀ ਇੰਨਾ ਡਿਸਫੰਕਸ਼ਨਲ ਹੈਗਾ ਇੰਨਾ ਡਿਵੀਜ਼ਨ ਆ ਚੁੱਕੀ ਹੈ ਇੱਥੇ ਕਮਿਊਨਿਟੀ ਜਿਹੜੀਆਂ ਨੇ ਉਹ ਡਿਵਾਈਡ ਕੀਤੀਆਂ ਜਾ ਚੁੱਕੀਆਂ ਨੇ ਔਰ ਜਿਹੜੀ ਹੈਗੀ ਆ ਮਾਫੀਆ ਜਿਹੜਾ ਹੈਗਾ ਵਾ ਉਹ ਮੇਅਰ ਤੇ ਕਾਉਂਸਲ ਨੂੰ ਕੰਟਰੋਲ ਕਰਨ ਲੱਗ ਗਿਆ ਸੋ ਉਹ ਚੀਜ਼ ਨੂੰ ਜਿਹੜਾ ਹੈ ਮੱਦੇਨਜ਼ਰ ਰੱਖਦੇ ਆਂ ਵੀ ਆ ਸਿਟੀ ਹਾਲ ਜਿਹੜਾ ਹੈਗਾ ਉਹ ਆਮ ਸਧਾਰਨ ਬੰਦੇ ਲਈ ਜਿਹੜਾ ਬਾ ਉਹ ਖੁੱਲਾ ਹੋਵੇ ਜਿਹੜਾ ਸਿਟੀ ਹਾਲ ਆਮ ਸਧਾਰਨ ਬੰਦੇ ਸਾਈ ਲੈ ਕੇ ਬਜਾਏ ਕਿ ਚੰਦਕ ਬੰਦੇ ਜਿਨ੍ਹਾਂ ਦਾ ਮੇਅਰ ਤੇ ਕਾਉਂਸਲ ਪਪਟ ਬਣ ਕੇ ਬੈਠੇ ਨੇ ਉਹ ਜਿਹੜੀ ਹੈਗੀ ਆ ਉਹ ਕਰਨ ਦੀ ਜਿਹੜੀ ਸੀਗੀ ਉਹ ਤਮੰਨਾ ਔਰ ਉਹ ਕਰਨ ਲਈ ਜਿਹੜਾ ਹੈਗਾ ਉਹ ਇਹਨਾਂ ਦੇ ਨਾਲ ਜਿਹੜਾ ਹੈਗਾ ਇੱਥੇ ਆ ਕੇ ਗੁੱਦੇ ਹੈਗੇ ਤੁਹਾਨੂੰ ਸੌਤਨੂੰ ਕਾਫੀ ਤਜਰਬਾ ਇੱਥੇ ਇਲੈਕਸ਼ਨ ਦਾ ਲੋਕ ਮੰਨਦੇ ਆ ਕਿ ਤੁਹਾਡੇ ਕੋਲੇ ਉਂਗਲਾਂ ਤੇ ਗਿਣੀਆਂ ਹੁੰਦੀਆਂ ਹੁੰਦੀਆਂ ਵੋਟਾਂ ਔਰ ਕਿਹੜੀਆਂ ਕਿੜੀਆਂ ਤੁਹਾਨੂੰ ਨਾਂ ਯਾਦ ਹੁੰਦੇ ਸਾਰੇ ਵੋਟਰਾਂ ਦੇ ਲੱਗਦਾ ਨਹੀਂ ਕਿ ਉਹ ਮੈਂਬਰ ਪਾਰਲੀਮੈਂਟ ਵਾਲੀ ਜਿਹੜੀ ਰਾਈਡਿੰਗ ਵਾਲਾ ਤੇ ਪਾਰਟੀ ਦੀ ਪੋਲਿਟਿਕਸ ਆ ਉਹਦੇ ਨਾਲ ਉਹ ਇਲੈਕਸ਼ਨ ਵੱਖਰੀ ਹੋਊਗੀ ਜਾਂ ਉਹ ਵੋਟਾਂ ਕਨਵਰਟ ਹੋ ਜਾਣਗੀਆਂ ਇੱਧਰ ਦੇਖੋ ਜਦੋਂ ਆਪਾਂ ਇਲੈਕਸ਼ਨ ਦੀ ਗੱਲ ਕਰਦੇ ਬੜੀਆਂ ਨੋਮੀਨੇਸ਼ਨਾਂ ਚ ਲੜੀਆਂ ਦੋ ਜਿਹੜੀਆਂ ਨੇ ਆਪਣੇ ਜੀਵਨ ਦੇ ਵਿੱਚ ਬਿਗੇਸਟ ਨੋਮੀਨੇਸ਼ਨ ਜਿਹੜੀਆਂ ਕੈਨੇਡੀਅਨ ਹਿਸਟਰੀ ਦੇ ਵਿੱਚ ਹੋਈਆਂ ਹੈਗੀਆਂ ਆਪਣਾ ਰੈਕੋਰਡ ਆਪ ਹੀ ਬੀਟ ਸੋ ਉਹਦੇ ਵਿੱਚ ਤਾਂ ਕੋਈ ਪਾਰਟੀ ਦਾ ਰੂਪਰੇਖਾ ਨਹੀਂ ਉਹਦੇ ਵਿੱਚ ਤਾਂ ਸਿਰਫ ਤੇ ਸਿਰਫ ਕੈਂਡੀਡੇਟ ਨੂੰ ਦੇਖ ਕੇ ਲੋਕ ਚੱਲਦੇ ਹੈਗੇ ਆ ਠੀਕ ਹੈ ਨਾ ਉਹਦੇ ਵਿੱਚ ਕੋਈ ਲੀਡਰਸ਼ਿਪ ਪੇਸਾਂ ਦੇ ਵਿੱਚ ਵੀ ਦੇਖਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਉਸ ਪਿਆਰ ਨੂੰ ਮੱਦੇ ਨਜ਼ਰ ਰੱਖਦੇ ਆ ਕੱਲਾ ਇਹ ਨਹੀਂ ਕਿ ਤੁਸੀਂ ਮੈਂ ਮੈਂ ਬ੍ਰੋ ਪਾਰਲੀਮੈਂਟ ਤੇ ਸਰੀ ਨਿਊਟਨ ਦਾ ਜ਼ਰੂਰ ਚੁਣਿਆ ਪਰ ਮੈਂ ਦਾਅਵੇ ਨਾ ਕਹਿ ਸਕਦਾ ਕਿ ਕੋਈ ਵੀ ਇਨਸਾਨ ਕਿਤੋਂ ਵੀ ਚੱਲ ਕੇ ਆਇਆ ਹੈ ਕ੍ਰਾਸ ਕੈਨੇਡਾ ਨੈਵਰ ਮਾਈਂਡ ਸਰੀ ਦੀ ਆਪਾਂ ਉਹਨਾਂ ਨੂੰ ਅਸੀਂ ਇੰਟਰਟੇਨ ਕੀਤਾ ਆਫਿਸ ਦੇ ਵਿੱਚ ਆਫਿਸ স্টাফ ਨੇ ਚਾਹੇ ਉਹ ਮੈਂ ਹੋਵਾਂ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਬੈਸਟ ਸਰਵਿਸ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਔਰ ਜਦੋਂ ਕੈਨੇਡਾ ਦਾ ਬਿਜ਼ੀਐਸਟ ਆਫਿਸ ਹੈਗਾ ਕੈਨੇਡਾ ਦੇ ਵਿੱਚ ਐਮਪੀ ਦਾ ਇਹ ਔਰ ਉਹਦੇ ਵਿੱਚ ਜਿਹੜੀ ਆ ਇੰਨੇ ਚੰਗੇ ਢੰਗ ਦੇ ਨਾਲ ਲੋਕਾਂ ਦੀ ਜਿਹੜੀ ਸੇਵਾ ਕਰਦੇ ਰਹੇ ਆ ਉਹਦੇ ਸਦਕਾ ਜਿਹੜਾ ਹੈ ਕੱਲੀ ਰਾਈਡਿੰਗ ਥੈਂਕ ਸੀਮਜ਼ ਨਹੀਂ ਇਨਫੈਕਟ ਲੋਕ ਜਿਹੜੇ ਨੇ ਉਹ ਪੈਪ ਭਿੰਤ ਜਾਣੂ ਨੇ ਵੀ ਅੱਜ ਤਜਰਬੇ ਦੀ ਲੋੜ ਆ ਅੱਜ ਲੀਡਰਸ਼ਿਪ ਦੀ ਲੋੜ ਆ ਅੱਜ ਉਹ ਇਨਸਾਨ ਦੀ ਲੋੜ ਆ ਜਿਹੜਾ ਲੋਕਾਂ ਨੂੰ ਇਕੱਠੇ ਕਰ ਸਕੇ ਬਜਾਏ ਕਿ ਜਿਸ ਤਰੀਕੇ ਨਾਲ ਇਹ ਮੇਅਰ ਐਂਡ ਕਾਉਂਸਲ ਡਿਵਾਈਡ ਕਰ ਰਹੇ ਆ ਸੋ ਉਸ ਨੂੰ ਜਿਹੜਾ ਮੱਧ ਨਿਜ ਰੱਖਦਾ ਤੇ ਪੂਰੀ ਆਸ ਆ ਕਿ ਬਹੁਤ ਵੱਡਾ ਪਰਮਾਹੰਗਾਰਾ ਮਿਲ ਰਿਹਾ ਜਿੱਥੇ ਵੀ ਮੈਂ ਜਾ ਰਿਹਾ ਲੋਕ ਜਿਹੜੇ ਨੇ ਉਹ ਕਾਫੀ ਪਰਮਾਹੰਗਾਰਾ ਦੇ ਰਹੇ ਨੇ ਉਹ ਚੇਂਜ ਇਸ ਵੇਲੇ ਚਾਹੁੰਦੇ ਨੇ ਉਹ ਚੇਂਜ ਜਿਹੜੀ ਆ ਹੋਪਫੁਲੀ ਚੰਗੇ ਲਈ ਹੋਏਗੀ ਪੰਜਾਬੀ ਕਮਿਊਨਿਟੀ ਦੀ ਇੱਕ ਹਿੱਸਾ ਤੁਸੀਂ ਵੱਡਾ ਹਿੱਸਾ ਲੈ ਜਾਓਗੇ ਇਹ ਗੱਲ ਮਤਲਬ ਮੰਨੀ ਜਾ ਸਕਦੀ ਹੈ ਦੂਜੀਆਂ ਕਮਿਊਨਿਟੀਜ਼ ਤੁਹਾਡੇ ਵੱਲ ਆ ਰਹੀਆਂ ਹਨ ਜਾਂ ਇਹ ਕੁਝ ਇਦਾਂ ਦੀ ਵੀ ਐਸ਼ਵਰੀ ਰਾਜਨੀਤੀ ਹੈਗੀ ਆ ਵੀ ਆਪਣੇ ਕਿੰਨੇ ਵੋਟ ਇਧਰ ਪਾ ਜਾਂਦੇ ਆ ਦੂਜੀਆਂ ਕਿੱਧਰ ਵੰਡੀਆਂ ਜਾਂਦੀਆਂ ਜਿਹੜੀ ਇਸ ਵੇਲੇ ਪੂਰੀ ਇਲੈਕਸ਼ਨ ਆ ਇਹਨੂੰ ਐਸੇ ਤਰੀਕੇ ਨਾਲ ਸੋਚਿਆ ਜਾ ਰਿਹਾ ਸੀ ਕਿ ਇਦਾਂ ਹੀ ਹੋਊਗੀ ਜਾਂ ਕੁਝ ਥੋੜੀ ਜਿਹੀ ਆਸ ਤੋਂ ਖਿੱਲੀ ਲੱਗਦੀ ਹੈ ਦੇਖੋ ਜਿਸ칸 ਜੀ ਤੁਸੀਂ ਬੜਾ ਵਧੀਆ ਕੁਐਸਚਨ ਰੇਜ਼ ਕੀਤਾ ਹਰ ਇੱਕ ਵੋਟ ਕਾਊਂਟ ਕਰਦੇ ਜਦੋਂ ਆਪਾਂ ਸ਼ਹਿਰ ਸਰੀ ਦੀ ਗੱਲ ਕਰਦੇ ਆ ਹਰ ਇੱਕ ਵੋਟਰ ਜਿਹੜਾ ਵਾ ਉਹ ਸਰੀਚ ਆਪਣੀ ਮਹੱਤਤਾ ਰੱਖਦਾ ਹੈਗਾ ਔਰ ਜਦੋਂ ਤੁਸੀਂ ਦੇਖਦੇ ਹੋ ਯੂਨਾਈਟਿਡ ਸਰੀ ਦੀ ਟੀਮ ਜਿਹੜੀ ਅਸੀਂ ਪੁਰਤੂਗਾਲਰ ਕੀਤੀ ਜਿਹਨੂੰ ਮੈਂ ਲੀਡ ਕਰ ਰਿਹਾ ਹਾਂ ਜੇ ਮਿਰਲ ਕੈਂਡੀਡੇਟ ਔਰ ਉਹ ਜਿਹੜੀ ਬੜੀ ਡਾਈਵਰਸ ਟੀਮ ਹੈਗੀ ਚਾਹੇ ਉਹ ਕਲਚਰਲ ਪਰਸਪੈਕਟਿਵ ਤੋਂ ਦੇਖ ਲਈਏ ਚਾਹੇ ਉਹ ਰਿਲੀਜੀਅਸ ਪਰਸਪੈਕਟਿਵ ਤੋਂ ਦੇਖ ਲਈਏ ਚਾਹੇ ਉਹ ਪਾਰਟੀ ਪੋਲਿਟਿਕਸ ਤੋਂ ਵੀ ਦੇਖ ਲਈਏ ਤੁਸੀਂ ਦੇਖਿਆ ਉਹਦੇ ਵਿੱਚ ਜਿਹੜੇ ਹੈਗੇ ਆ ਜਿਹੜੀ ਮੋਸਟ ਡਾਈਵਰਸ ਸਟੇਟ ਔਰ ਬੜੀ ਐਕਸਪੀਰੀਅੰਸ ਜਿਹੜੇ ਨੇ ਸਲੇਟ ਲੈ ਕੇ ਆਂਦੀ ਬੱਖੋ-ਵੱਖਰਾ ਟੈਲੈਂਟ ਉਹਦੇ ਵਿੱਚ ਭਰਤੀ ਕੀਤਾ ਉਸ ਨੂੰ ਮਦਦ ਨਜ਼ਰ ਰ ਬੜਾ ਪਰਮਾ ਹੰਗਾਰਾ ਉੱਥੇ ਹੀ ਮਿਲਿਆ ਅੱਜ ਮੈਂ ਮੇਨਸਟ੍ਰੀਮ ਕਮਿਊਨਿਟੀ ਦੇ ਜਿਹੜੇ ਸਾਊਥ ਸਰੀਚੋਂ ਹੁਣ ਤਾਂ ਹੀ ਇੱਧਰ ਤੁਹਾਨੂੰ ਮਿਲ ਰਹੇ ਆ ਕਿ ਉੱਧਰ ਫੰਕਸ਼ਨ ਜਿਹੜੇ ਕੱਢ ਕੇ ਆਏ ਔਰ ਉੱਥੇ ਲੋਕ ਵੀ ਇਹੀ ਗੱਲ ਕਰ ਰਹੇ ਆ ਵੀ ਇੱਕ ਤਾਂ ਜੋ ਕਹਿਣਾ ਉਹੀ ਅੰਦਰ ਜੋ ਅੰਦਰ ਉਹੀ ਬਾਹਰ ਉਹ ਹੈਗਾ ਇਹ ਨਹੀਂ ਹੈਗਾ ਵੀ ਕੋਈ ਗੋਲ ਘਮਾ ਫਰਾ ਕੇ ਕੋਈ ਗੱਲ ਕਰਨ ਜੋ ਸਿੱਧੀ ਗੱਲ ਕਰਨੀ ਹੈਗੀ ਆ ਦੂਸਰੀ ਉਹ ਕਹਿੰਦੇ ਵੀ ਇੱਕ ਐਕਸਪੀਰੀਅੰਸ ਜਿਹੜਾ ਚਾਹੀਦਾ ਹੈਗਾ ਉਹ ਰਹਿ ਗਿਆ ਵੀ ਲੰਮਾ ਸਮੇਂ ਦਾ ਐਕਸਪੀਰੀਅੰਸ ਔਰ ਦੂਸਰੀ ਇਨਵੋਲਵਮੈਂਟ ਵੀ ਹੈ ਲੋਕ ਜਿਹੜੇ ਦੂਜੀ ਕਮਿਊਨਿਟੀ ਦੇ ਵੀ ਆ ਉਹ ਵੀ ਸਮਝਦੇ ਨੇ ਵੀ ਸੁਖ ਢਾਲੀਵਾਲ ਜਿਹੜਾ ਹੈ ਇਹ ਨਹੀਂ ਵੀ ਉੱਪਰੋਂ ਲਿਆ ਕੇ ਜਿਹੜਾ ਕੈਂਡੀਡੇਟ ਜਿਹੜਾ ਸਿੱਟਿਆ 25 ਸਾਲ ਹੋ ਗਏ ਇਸ ਕਮਿਊਨਿਟੀ ਚ ਮੈਨੂੰ ਇਨਵੋਲਵ ਹੋਏ ਨੂੰ ਸੋ ਮੈਨੂੰ ਪੂਰੀ ਆਸ ਆ ਕਿ ਬਾਕੀ ਕਮਿਊਨਿਟੀ ਜਿਹੜੀਆਂ ਨੇ ਬਾਕੀ ਏਰੀਆਜ਼ ਨੇ ਉਹਨਾਂ ਦੇ ਵਿੱਚ ਵੀ ਯੂਨਾਈਟਿਡ ਸਰੀ ਨੂੰ ਔਰ ਜਿਹੜੀ ਸਾਡੀ ਮਿਰਲ ਸਲੀਟ ਤੇ ਅੱਠੇ ਕੈਂਡੀਡੇਟਸ ਆ ਕਾਫੀ ਵੱਡਾ ਹੰਗਾਰਾ ਜਿਹੜਾ ਉਹ ਮਿਲਿਆ ਪ੍ਰਾਇਓਰਟੀ ਕੀ ਹੋਊਗੀ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਉਹ ਕਹਿੰਦੇ ਆ ਵੀ ਜੀ ਸਾਨੂੰ ਲੋਕ ਕਹਿ ਰਹੇ ਮਤਲਬ ਜਿੰਨੇ ਵੀ ਅਸੀਂ ਕੈਂਡੀਡੇਟਸ ਨਾਲ ਗੱਲਬਾਤ ਕਰਦੇ ਆ ਵੀ ਲੋਕ ਕਹਿ ਰਹੇ ਆ ਸਿਟੀ ਦੇ ਵਿੱਚ ਬਹੁਤ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ ਤੇ ਅਸੀਂ ਉਹਨੂੰ ਠੀਕ ਠਾਕ ਕਰਨ ਲੱਗੇ ਆ ਤੁਹਾਡੀ ਪ੍ਰਾਇਓਰਟੀ ਕੀ ਹੋਊਗੀ ਕਿਧਰੋਂ ਕੀ ਕੀ ਕਰੋਗੇ ਉਹਨੂੰ ਬੇਸਿਕਲੀ ਦੇਖੋ ਸਾਨੂੰ ਪਹਿਲਾਂ ਤੋਂ ਹੀ ਦੇਖੋ ਇੱਕ ਬੜਾ ਕੰਸਿਸਟੈਂਟ ਆ ਮੈਂ ਉਸ ਬੇਸ ਤੇ ਸਾਨੂੰ ਪਹਿਲਾਂ ਕਿਹਾ ਕਿ ਜਿਹੜੀ ਪਬਲਿਕ ਸੇਫਟੀ ਆ ਉਹ ਸਾਡੀ ਟਾਪ ਪ੍ਰਾਇਓਰਟੀ ਆ ਉਹਦੇ ਵਿੱਚ ਜਿਹੜੇ ਲੋਕ ਨੇ ਆਪਣੇ ਘਰਾਂ ਦੇ ਵਿੱਚ ਆਪਣੇ ਬਿਜ਼ਨੈ ਸੜਕਾਂ ਤੇ ਅੱਜ ਪਾਕਸ ਦੇ ਵਿੱਚ ਖੜੇ ਆ ਪਾਕਸ ਦੇ ਵਿੱਚ ਸੇਫ ਮਹਿਸੂਸ ਕਰ ਸਕਣ ਉਸ ਲਈ ਜਿਹੜਾ ਹੈਗਾ ਸਾਡਾ ਉਹ ਪਲਾਨ ਲੈ ਕੇ ਆਉਣੀ ਬੜੀ ਜੁੜੀ ਉਹ ਕੱਲ ਅਸੀਂ ਜਿਹੜੀ ਹੈਗੀ ਚਾਰਨਖਾਤੀ ਪ੍ਰੋਗਰਾਮ ਜਿਹੜਾ ਉਹ ਜਿਹੜਾ ਪਬਲਿਕ ਸੇਫਟੀ ਦੇ ਉਹ ਲੈ ਕੇ ਆਏ ਆ ਔਰ ਦੂਸਰਾ ਇਹ ਹੈਗਾ ਕਿ ਦੇਖੋ ਇਹ ਕਾਉਂਸਲ ਨੇ ਮੇਅਰ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਹੁਣ ट्रांजिशन ਸੀ ਪੁਲਿਸ ਦੀ ਉਸ ਨੂੰ ਲੈ ਕੇ ਇਹਨਾਂ ਨੇ ਜਿਹੜਾ ਸੀ ਇੱਕ ਦੋਨਾਂ ਪੁਲਿਸ ਫੋਰਸ ਨੂੰ ਪੜਾਇਆ ਆਪਸ ਵਿੱਚ ਤੋ ਇਹਨਾਂ ਨੇ ਗਰੁੱਪ ਜਿਹੜੇ ਨੇ ਖੜੇ ਕਰ ਦਿੱਤੇ ਕਮਿਊਨਿਟੀਜ਼ ਨੂੰ ਆਪਸ ਵਿੱਚ ਪੜਾਇਆ ਡਿਵਾਈਡ ਕਰ ਦਿੱਤੀ ਨਾ ਕਮਿਊਨਿਟੀ ਸਾਡਾ ਕੰਮ ਇਹ ਹੈਗਾ ਕਿ ਜਿਹੜੀ ਇਹ ਪੁਲਿਸ ਦੀ ਟਰਾਂਜੀਸ਼ਨ ਹੈਗੀ ਇਹਨੂੰ ਸਮੂਥਲੀ ਫਿਨਿਸ਼ ਕਰਨਾ ਛੇਤੀ ਤੋਂ ਛੇਤੀ ਜਿੰਨੀ ਜਲਦੀ ਤੋਂ ਜਲਦੀ ਲੋਕਾਂ ਥਾਈਏ ਅਸੀਂ ਲੈ ਕੇ ਆ ਸਕੀਏ ਉਹ ਸਾਡੇ ਲਈ ਇੱਕ ਬਹੁਤ ਪੋਜ਼ਿਟਿਵ ਕਦਮ ਹੋਊ ਔਰ ਦੂਸਰਾ ਇਹ ਹੈਗਾ ਓਪਨ ਹੋਣੀ ਚਾਹੀਦੀ ਲੋਕਾਂ ਨੂੰ ਦੱਸੀਏ ਵੀ ਕਿੰਨਾ ਖਰਚਾ ਹੋਊ ਕਿੰਨਾ ਟਾਈਮ ਲੱਗੂ ਕੀ ਪ੍ਰੋਸੈਸ ਉਹ ਸਾਰੀ ਤਾਂ ਕਿ ਲੋਕ ਜਾਣਨ ਪਤਾ ਹੋਵੇ ਉਹਨਾਂ ਨੂੰ ਵੀ ਕਦੋਂ ਜਿਹੜੀ ਪੁਲਿਸ ਆਫ ਜੂਡੀਕਸ਼ਨ ਜਿਹੜੀ ਹੈਗੀ ਅੱਜ RCMP ਆ ਵੀ ਕਦੋਂ ਪੁਲਿਸ ਆਫ ਜੂਡੀਕਸ਼ਨ ਜਿਹੜੀ ਹੋਊ ਸਾਰੀ ਪੁਲਿਸ ਆ ਜੂ ਔਰ ਇਹ ਇਹਦੇ ਵਿੱਚ ਜਿਹੜੇ ਚਾਰ ਨਕਾਤੀ ਅਸੀਂ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਕੀਆ ਵੀ ਕਿਉਂਕਿ ਇਸ ਵੇਲੇ ਜਿਹੜਾ ਬਾ ਉਹ ਟ੍ਰੇਨਿੰਗ ਦੀ ਬੜੀ ਵੱਡੀ ਘਾਟ ਲੱਗ ਰਹੀ ਆ ਉਹਦੇ ਵਿੱਚ ਅਸੀਂ ਪ੍ਰੋਵੈਂਸ ਦੇ ਨਾਲ ਮਿਲ ਕੇ ਔਰ ਦੂਜੇ ਸ਼ਹਿਰਾਂ ਨਾਲ ਮਿਲ ਕੇ ਜਿਹੜੀ ਇੱਕ ਅਕੈਡਮੀ ਬਣਾਵਾਂਗੇ ਜਿੱਥੇ ਉਹ ਜਿਹੜੇ ਪੁਲਿਸ ਆਫੀਸਰ ਜਿਹੜੇ ਨੇ ਨਾ ਕਿ ਇਕੱਲਾ ਸਰੀਲੀ ਇਨਫੈਕਟ ਜਿਹੜੇ ਸਾਡੇ ਹੋਰ ਏਰੀਆਜ਼ ਨੇ ਅਸੀਂ ਉਹਨਾਂ ਨੂੰ ਵੀ ਜਿਹੜਾ ਟ੍ਰੇਨਿੰਗ ਕਰਕੇ ਦੇ ਸਕੀਏ ਔਰ ਦੂਸਰਾ ਇਹ ਹੈਗਾ ਕਿ ਇੱਕ ਐਸਾ ਰਿਸਪੌਂਸ ਸਿਸਟਮ ਲੈ ਕੇ ਆਵਾਂਗੇ ਜਿਹਦੇ ਵਿੱਚ ਹਰ ਇੱਕ ਕਾਲ ਜਿਹੜੀ ਆ ਉਹਨੂੰ ਤਵੱਜੋ ਮਿਲੂਗੀ ਜੇ ਬਾਈਲਾ ਦੀ ਕਾਲ ਆ ਤਾਂ ਬਾਈਲਾ ਆਫੀਸਰ ਉਹਨੂੰ ਅਟੈਂਡ ਕਰੂਗਾ ਜੇ ਮੈਂਟਲ ਹੈਲਥ ਇਸ਼ੂ ਵਾਲੀ ਕਾਲ ਆ ਉਹਨੂੰ ਜਿਹੜੇ ਐਕਸਪਰਟ ਨੇ ਉਹ ਡੀਲ ਕਰਨਗੇ ਜਿਹੜੀ ਕ੍ਰਿਮੀਨਲ ਮੈਟਰ ਹੈਗੀ ਉਹਨੂੰ ਉੱਥੇ ਪੁਲਿਸ ਟੀਲ ਕਰੂ ਅੱਜ ਜਿਹੜਾ ਹੈਗਾ ਤੁਸੀਂ ਦੇਖੋਗੇ ਨੌਇਸ ਕੰਪਲੇਂਟ ਆ ਗਈ ਪੁਲਿਸ ਆਫਸਰ ਉੱਥੇ ਭੇਜ ਦਿੰਨੇ ਆ ਅਸੀਂ ਠੀਕ ਹੈ ਨਾ ਇਹ ਜਿਹੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਇੱਕ ਫਾਸਟ ਰਿਸਪੌਂਸ ਤੇ ਹਰ ਇੱਕ ਦਾ ਪਾਰਟਿਕੂਲ ਰਿਸਪੌਂਸ ਜਿਹੜਾ ਉਹ ਹੋਊਗਾ ਦੂਜੀ ਜੂਸ ਦੀ ਬੜੀ ਪ੍ਰੋਬਲਮ ਹੈ ਦੇਖੋ ਗੈਂਗਸ ਦੀ ਹੁਣ ਫੈਡਰਲ ਗਵਰਨਮੈਂਟ ਨੇ ਸਿਟੀ ਅਫਸਰ ਨੂੰ ਪੈਸੇ ਦਿੱਤੇ ਇਹਨਾਂ ਚੁੱਪ ਕੇ 10-11 ਆਰਗੇਨਾਈਜੇਸ਼ਨ ਦੇ ਦਿੱਤੀ ਉਪਰ ਅਸੀਂ ਦੇਖਣਾ ਵਾ ਵੀ ਕੀ ਉਹਨਾਂ ਨੇ ਜਿਹੜੇ 10 ਆਰਗੇਨਾਈਜੇਸ਼ਨਸ ਨੇ ਕਿ ਉਹ ਓਵਰਲੈਪ ਤਾਂ ਨਹੀਂ ਕਰਦੀਆਂ ਇੱਕ ਜੂਥ ਹੱਬ ਬਣਾਵਾਂਗੇ ਜਿਹਦੇ ਵਿੱਚ ਐਕਸਪਰਟ ਬੈਠੇ ਹੋਣਗੇ ਜਿਹੜੇ ਇਹ ਡਿਸਾਈਡ ਕਰਾਂਗੇ ਕਿ ਜਿਹੜੀ ਮਨੀ ਹੈਗੀ ਜਿਹੜੇ ਰਿਸੋਰਸ ਹੈਗੇ ਆ ਉਹ ਪ੍ਰੋਪਰ ਜਿਹੜੇ ਨੇ ਉਹ ਲੱਗ ਰਾ ਜਿਹੜੀਆਂ ਆਰਗੇਨਾਈਜੇਸ਼ਨਸ ਕੰਮ ਕਰ ਸਕਦੀਆਂ ਤਾਂ ਕਿ ਸਾਡੇ ਜੰਗ ਬੱਚੇ ਜਿਹੜੇ ਆ ਉਹਨਾਂ ਨੂੰ ਗੈਂਗਸ ਵਾਲੇ ਪਾਸੇ ਗੰਝ ਵਾਲੇ ਪਾਸੇ ਲਜਾਣ ਤੋਂ ਅਸੀਂ ਉਹਨਾਂ ਨੂੰ ਰੋਕ ਸਕਦੇ ਆ ਉਹ ਜਿਹੜੀ ਐਫਰਟ ਹੈਗੀ ਆ ਉਹਨੂੰ ਅਸੀਂ ਕੋਆਰਡੀਨੇਟਡ ਆਫਰ ਜਿਹੜੀ ਆ ਐਫਰਟ ਬਣਾ ਕੇ ਚੱਲਾਂਗੇ ਔਰ ਉਹਦੇ ਵਿੱਚ ਜਿਹੜੇ ਨੇ ਮੈਟ੍ਰਿਕਸ ਹੋਣਗੇ ਜਿਹਦੇ ਵਿੱਚ ਪੈਰਾਮੀਟਰਸ ਹੋਣਗੇ ਵੀ ਜਿਹਦੇ ਵਿੱਚ ਅਸੀਂ ਪ੍ਰੋਗਰੈਸ ਜਿਹੜੀ ਆ ਉਹ ਨਾਪ ਸਕਾਂਗੇ ਜਦੋਂ ਇਹੋ ਜਿਹਿਆਂ ਅਸੀਂ ਗੱਲਾਂ ਕਰਦੇ ਉਹਦੇ ਵਿੱਚ ਫਾਇਰ ਫਾਈਟਰਸ ਲਾ ਲੋ ਹੁਣ ਹੈਗਾ ਇੱਕ ਹੋਰ ਫੈਕਟਰ ਹੈਗਾ ਕਿ ਅੱਜ ਜਿਹੜੀ ਆ ਵੱਧ ਰਹੀ ਵਾਦੀ ਹੈਗੀ ਆ ਫਾਇਰ ਫਾਈਟਰ ਜਿਹੜੇ ਨੇ ਕੋਈ ਕੋਪੀਟ ਕ੍ਰਾਈਸਿਸ ਉਹਦੇ ਨਾਲ ਵੀ ਡੀਲ ਕਰਨ ਲੱਗੇ ਹੋਏ ਨਵਾਂ ਫਾਇਰ ਹਾਲ ਲੈ ਕੇ ਆਉਣਾ ਔਰ ਤਕਰੀਬਨ 25 ਤਕਰੀਬ ਐਵਰੀ ਈਅਰ ਜਿਹੜੇ ਨੇ ਨਵੇਂ ਫਾਇਰ ਫਾਈਟਰ ਭਰਤੀ ਕਰਨੇ ਅਗਲੇ 5 ਸਾਲਾਂ ਲਈ ਸੋ ਉਹ ਜਿਹੜਾ ਹੈਗਾ ਇਹ ਤਾਂ ਹੈ ਸਾਡੀ ਜਦੋਂ ਪਬਲਿਕ ਸੇਫਟੀ ਦੀ ਪਲਾਨ ਜਿਹੜੀ ਸਾਡਾ ਇੱਕ ਕੀ ਮੇਜਰ ਇਸ਼ੂ ਹੈਗਾ ਇਸ ਵੇਲੇ ਸਾਡਾ ਸਰੀ ਦਾ ਜਿਹਨੂੰ ਅਸੀਂ ਟਾਪ ਪ੍ਰਾਇੋਰਟੀ ਦੇ ਕੇ ਚੱਲਾਂਗੇ ਉਹਦੇ ਨਾਲ ਨਾਲ ਹੁਣ ਆਮ ਸੁਧਾਰ ਮੰਗਦਾ ਜਿਸ ਕੰਨ ਜੀ ਤੁਸੀਂ ਗੱਲ ਮੈਂ ਕਰਦਾ ਹਰੇਕ ਨੂੰ ਨਹੀਂ ਹੈ ਕਿ ਵੀ 100 ਡਾਲਰ ਕਈ ਲੋਕ ਐਸੇ ਨੇ ਵਿਚਾਰੇ ਜਿਨ੍ਹਾਂ ਨੂੰ ਅਸੀਂ ਡੋਰ ਸਟੈਪਸ ਤੇ ਜਾ ਕੇ ਦੇ ਦਈਏ ਉਹ ਕਹਿੰਦੇ ਸਾਡਾ ਤਾਂ 100 ਡਾਲਰ ਵੀ ਪਿੱਛੇ ਬਜਟ ਸ਼ਾਰਟ ਹੋ ਜਾਂਦਾ ਕਹਿੰਦੇ ਜੀ ਪ੍ਰਾਪਰਟੀ ਟੈਕਸ ਜਿਹੜੇ ਨੇ ਉਹ ਸਕਾਈ ਰਾਕਟ ਹੋ ਚੁੱਕੇ ਆ ਠੀਕ ਹੈ ਨਾ ਉਸ ਨੂੰ ਮੱਦੇ ਨਜ਼ਰ ਰੱਖਦੇ ਆ ਅਸੀਂ ਜਿਹੜਾ ਸੀ ਜਿਹਨੇ ਪਹਿਲੇ ਦਿਨ ਹੀ ਲਾਂਚ ਕੀਤਾ ਉਹ ਐਸੇ ਕਰਕੇ ਕਹਿ ਸੀ ਅਸੀਂ ਪਹਿਲਾ ਸਾਲ ਜਿਹੜਾ ਹੈਗਾ ਉਹਨਾਂ ਦੇ ਪ੍ਰਾਪਰਟੀ ਟੈਕਸ ਨੂੰ ਫ੍ਰੀਜ਼ ਕਰਾਂਗੇ ਦੂਸਰੇ ਸਾਰੇ ਇੱਕ ਹਿਡਨ ਟੈਕਸ ਲਾਇਆ ਇਹਨਾਂ ਨੇ 100 ਡਾਲਰ ਤੋਂ ਵਧਾ ਕੇ 300 200 ਪ੍ਰਤੀਸ਼ਤ ਤੱਕ ਵਧਾਤਾ ਉਹ ਬੈਕ 100 ਡਾਲਰ ਤੇ ਲੈ ਕੇ ਤਾਂ ਕਿ ਆਮ ਸਧਾਰਨ ਇਨਸਾਨ ਜਿਹੜਾ 100 ਡਾਲਰ ਪਿੱਛੇ ਵੀ ਐਸ ਵੇਲੇ ਜਿਹਨੂੰ ਮਹੀਨੇ ਦੀ ਜੜੀ ਹੈਗੀ ਆ ਉਹ ਲੋਡ ਹੈਗੀ ਉਹਨਾਂ ਦੀ ਹੈਲਪ ਹੋ ਸਕੇ ਤੀਸਰੀ ਜਿਹੜੀ ਗੱਲ ਹੈਗੀ ਅਫੋਰਡੇਬਿਲਟੀ ਦੀ ਹਾਊਸਿੰਗ ਦੀ ਬੜੀ ਵੱਡੀ ਸਮੱਸਿਆ ਹੈ ਕਿ ਜਿਹੜੇ 1500 ਲੋਕ ਸਰੀ ਦੇ ਵਿੱਚ ਮੂਵ ਹੋ ਰਹੇ ਨੇ ਐਵਰੀ ਮੰਥ ਉਹਨਾਂ ਨੂੰ ਸਾਨੂੰ ਅਕਮੋਡੇਟ ਕਰਨ ਲਈ ਜਿਹੜੀ ਉਹ ਡਿਮਾਂਡ ਆ ਉਹਨੂੰ ਮੀਟ ਕਰਨ ਲਈ ਸਪਲਾਈ ਚਾਹੀਦੀ ਹੈ ਤਾਂ ਹੀ ਅਫੋਰਡੇਬਿਲਟੀ ਅਸੀਂ ਹਿੱਸਾ ਪਾ ਸਕਦੇ ਹਾਂ ਉਹਦੇ ਵਿੱਚ ਜੇ ਹੁਣ 1500 ਲੋਕ ਹੋ ਰਹੇ 500 ਡਿਵੈਲਿੰਗ ਚਾਹੀਦੇ ਤਾਂ 6000 ਸਾਲ ਦੇ ਹੋਗੇ ਅਸੀਂ ਮੇਕ ਸ਼ੋਰ ਕਰਨਾ ਕਿ ਅਸੀਂ ਫੈਡਰਲ ਗਵਰਨਮੈਂਟ ਤੇ ਸੂਬੇ ਦੀ ਸਰਕਾਰ ਆਲਰੇਡੀ ਬਿਲਿੰਗ ਹੈਗੀ ਕਹਿੰਦੇ ਤੁਸੀਂ ਪੈਸੇ ਸਾਤੋਂ ਲਵੋ ਰਿਸੋਰਸ ਜਿਹੋਨਾਂ ਨੇ ਪਾਏ ਆ ਪਰ ਤੁਸੀਂ ਇਸ ਪ੍ਰੋਸੈਸ ਨੂੰ ਫਾਸਟ ਕਰੋ ਤਾਂ ਕਿ ਜਿਹੜੇ ਪ੍ਰੋਜੈਕਟਸ ਨੇ ਇੱਕ ਤਾਂ ਜਿਹੜਾ ਉਹ ਯੋਗਤਾ ਦੇ ਆਧਾਰ ਤੇ ਅੱਗੇ ਨਿਕਣ ਇਹ ਨਹੀਂ ਵਿੱਚ ਚੰਦ ਕਬੰਦੇ ਜਿਹੜੇ ਮੇਰ ਜਿਨ੍ਹਾਂ ਨੂੰ ਮੇਰ ਨੇ ਮੇਰ ਜਿਨ੍ਹਾਂ ਦਾ ਪਾਪਟ ਬਣਿਆ ਵੀ ਉਹ ਪ੍ਰੋਜੈਕਟਸ ਨਿਕਲੀ ਜਾਣ ਬਾਕੀ ਲੋਕ ਫਸੇ ਰਹਿਣ ਸਾਲਾਂ ਬੱਧੀ ਉਹ ਕੰਮ ਨਹੀਂ ਹੋ ਹਰੇਕ ਇਨਸਾਨ ਨੂੰ ਹਰੇਕ ਪ੍ਰੋਜੈਕਟ ਨੂੰ ਬਰਾਬਰ ਦੀ ਮਹੱਤਤਾ ਦਿੱਤੀ ਜਾਊਗੀ ਮੈਰਿਟ ਦੇ ਆਧਾਰ ਤੇ ਦੂਸਰਾ ਇਹ ਹੈਗਾ ਕਿ ਜਿਹੜੇ ਪਰਮਿਟਸ ਨੂੰ ਇਸ ਵੇਲੇ 2-2 ਸਾਲ ਲੱਗ ਰਿਹਾ 7 ਸਾਲ ਲੱਗ ਰਿਹਾ ਉਹ ਅਸੀਂ ਕਿਹਾ ਵੀ ਅਸੀਂ ਨਵੇਂ ਪਲਾਨ ਚੈੱਕ ਨਵੇਂ ਪਲਾਨਰ ਨਵੇਂ ਇਨਸਪੈਕਟਰ ਹਾਇਰ ਕਰਕੇ ਉਹ ਜਿਹੜੀ ਪ੍ਰੋਸੈਸ ਹੈਗੀ ਉਹਨੂੰ ਅਸੀਂ ਫਾਸਟੈਸਟ ਇਨ ਦਿ ਲੋਰ ਮੈਨ ਲੈਂਡ ਲੈ ਕੇ ਆਵਾਂਗੇ ਤਾਂ ਕਿ ਸਾਡੇ ਕੋਲ ਸਪਲਾਈ ਜਿਹੜੀ ਹੈਗੀ ਆ ਉਹ ਐਨਫ ਹੋਵੇ ਡਿਮਾਂਡ ਨੂੰ ਮੀਟ ਕਰਨ ਲਈ ਔਰ ਚੌਥਾ ਪਾਰਕਸ ਐਂਡ ਰੀਕ੍ਰੀਏਸ਼ਨ ਹੁਣ ਅੱਜ ਇੱਥੇ ਖੜੇ ਆ ਕਾਸੁਕਿਆ ਪਿਆ ਸਾਹਮਣੇ ਦੀਦਾ ਔਰ ਹਾਲਾਤ ਤੁਸੀਂ ਦੇਖ ਲਈਓ ਕਈ ਪਾਰਕਾਂ ਦੇ ਵਿੱਚ ਜਾਮੂ ਏਰੀਆ ਦੇ ਵਿੱਚ ਤਦਾਂ ਮਨ ਖੁਸ਼ ਹੁੰਦਾ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਹੋਰ ਹੀ ਸ਼ਹਿਰ ਚ ਆ ਗਏ ਹੋ ਨਾ ਜਾਂ ਹੋਰ ਦੇਸ਼ 'ਚ ਹੀ ਆ ਗਏ ਹੋ ਨਾ ਇਹ ਹਾਲ ਆ ਅਸੀਂ ਜਿਹੜੀਆਂ ਨੇ ਕਿਉਂਕਿ ਹਿਸਟੋਰਿਕ ਇਨਵੈਸਟਮੈਂਟ ਜਿਹੜੀਆਂ ਨੇ ਉਹ ਪਾਰਕਸ ਐਂਡ ਰੀਕ੍ਰੀਏਸ਼ਨ 'ਚ ਮੇ ਕਰਾਂਗੇ ਤਾਂ ਕਿ ਜਿੱਥੇ সুইমিং ਪੂਲ ਦੀ ਲੋੜ ਆ সুইমিং ਪੂਲ ਬਣ ਜਿੱਥੇ ਪਲੇਗਰਾਉਂਡ ਦੀ ਲੋੜ ਆ ਉੱਥੇ ਪਲੇਗਰਾਉਂਡਸ ਬਣ ਜਿੱਥੇ ਸੀਨੀਅਰਸ ਨੂੰ ਆਪਦੀ ਸਮਾਂ ਬਿਤਾਉਣ ਦੀ ਲੋੜ ਆ ਉਹਨਾਂ ਲਈ ਜਿਹੜੀਆਂ ਸਹੂਲਤਾਂ ਕ੍ਰੀਏਟ ਹੋਣ ਸੋ ਉਹ ਜਿਹੜਾ ਜ਼ਰੂਰੀ ਆ ਕਿਉਂਕਿ ਸਾਡੇ ਬੱਚੇ ਜਿਹੜੇ ਆ ਅਸੀਂ ਜਿਹੜਾ ਉਹਨਾਂ ਨੂੰ ਐਕਟਿਵ ਲਾਈਫਸਟਾਈਲ ਦੇਣਾ ਗੈਂਗਸ ਤੇ ਗਨ ਤੋਂ ਉਹ ਤੋਂ ਪਾਸੇ ਰੱਖਣਾ ਤਾਂ ਸਾਨੂੰ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਵਾਈਡ ਵੀ ਕਰਨਾ ਪਊਗਾ ਉਹਨਾਂ ਦਾ ਐਕਟਿਵ ਲਾਈਫਸਟਾਈਲ ਹੋਵੇ ਉਹ ਆਪਣਾ ਫੁੱਲ ਪੋਟੈਂਸ਼ੀਅਲ ਰੀਅਲਾਈਜ਼ ਕਰ ਸਕਣ ਉਹ ਆਪਣਾ ਜੋ ਯੋਗਤਾ ਰੱਖਦੇ ਨੇ ਉਹਨੂੰ ਅਚੀਵ ਕਰ ਸਕਣ ਸੋ ਇਹ ਜਿਹੜੀਆਂ ਸਿੰਪਲ ਜਿਹੀਆਂ ਪ੍ਰਾਇੋਰਟੀਜ਼ ਆ ਬਟ ਮੇਨ ਥਿੰਗ ਫਿਰ ਦੱਸਦੇ ਆ ਅੱਜ ਸਿਟੀ ਹਾਲ ਜਿਹੜਾ ਹੈ ਉਹ ਚੰਦ ਹੱਥ ਬੰਦਿਆਂ ਦੇ ਹੱਥ ਚ ਆ ਚੁੱਕਿਆ ਮੇਅਰ ਐਂਡ ਕਾਉਂਸਲ ਪਾਪਟ ਬਣ ਕੇ ਬੈਠੀ ਆ ਉਹ ਚੰਦ ਬੰਦੇ ਉਹ ਉਹਨਾਂ ਤੋਂ ਛਟਕਾਰਾ ਪਾਉਣ ਲਈ ਉਹਨਾਂ ਚੋਂ ਕੱਢ ਕੇ ਜਿਹੜਾ ਸਿਟੀ ਹਾਲ ਹੈਗਾ ਉਹ ਇੱਕ ਆਮ ਸਧਾਰਨ ਸਰੀ ਦੇ ਰੈਜ਼ੀਡੈਂਟ ਦੀ ਸਧਾਰਨ ਸਰੀ ਦੇ ਬਿਜ਼ਨਸ ਦੀ ਆਵਾਜ਼ ਜਿਹੜੀ ਆ ਉਹ ਬਣਾਉਣਾ ਜਿਹੜਾ ਹੈਗਾ ਉਹ ਮੇਨ ਸਾਡਾ ਕੰਮ ਮਨੋਰਥ ਹੈਗਾ ਔਰ ਉਹਦੇ ਵਿੱਚ ਐਕਸੈਸੀਬਿਲਟੀ ਬੜੀ ਜ਼ਰੂਰੀ ਹੈ ਚੁਣੇ ਹੋਏ ਨੁਮਾਇੰਦੇ ਦੀ ਇਹ ਨਹੀਂ ਕਿ ਚੰਦ ਕਬੰਦੇ ਇੱਥੇ ਹੀ ਮੇਅਰ ਤੇ ਕਾਉਂਸਲ ਹੋਵੇ ਜਾਂ ਹੁਣ ਇਲੈਕਸ਼ਨ ਟਾਈਮ ਆ ਗਿਆ ਗੀੜੇ ਮਾਰਨ ਤੇ ਮੁੜ ਕੇ ਕਿਤੇ ਦਿਖਣਾ ਨਹੀਂ ਆ ਸੋ ਉਹ ਜਿਹੜੀ ਚੀਜ਼ ਲੋਕਾਂ ਨੂੰ ਪਹਿਪੀ ਜਾਣੂ ਨੇ ਕਿ ਕੰਮ ਵੱਲੋਂ ਮੈਂ ਜੱਕਦਾ ਨਹੀਂ ਸਖਤ ਮਿਹਨਤ ਮੈਂ ਜੇ ਅੱਜ ਤੋਂ ਪੰਜ ਇਲੈਕਸ਼ਨ ਪਹਿਲਾਂ ਜਿੱਤਿਆ ਸੀ ਉਦੋਂ ਵੀ ਇੰਨੀ ਮਿਹਨਤ ਕਰਦਾ ਸੀ ਬਾਹਰ ਸੀ ਤੇ ਅੱਜ ਵੀ ਉਹ ਨਹੀਂ ਕਿਉਂਕਿ ਇਹ ਨਹੀਂ ਹੈ ਵੀ ਹੁਣ ਮੈਂ ਜਿਹੜਾ ਪੰਜ ਵੇ ਲੋਕਾਂ ਨੇ ਜਿਤਾਤਾ ਤੇ ਮੈਂ ਹੁਣ ਜਿਹੜਾ ਉਹ ਨਟਾਲ ਹੋ ਕੇ ਪਾਸੇ ਹੋ ਜਾਂਦਾ ਨਹੀਂ ਪਰ ਪੈਸ਼ਨ ਹੈਗਾ ਮੇਰਾ ਪੈਸ਼ਨ ਆ ਸਾਡੀ ਟੀਮ ਜੁਨਾਈਟਿਡ ਸਰੀ ਦਾ ਬਹੁਤ ਵਧੀਆ ਇਹਦੇ ਵਿੱਚ ਕੈਂਡੀਡੇਟ ਆਏ ਨੇ ਸੋ ਮੇਰੀ ਇਹੀ ਬੇਨਤੀ ਹੋਣੀ ਆ ਕਿ ਅਕਤੂਬਰ 15 ਨੂੰ ਇਹਨਾਂ ਨੂੰ ਭਜਾਓ ਤੇ ਜੁਨਾਈਟਿਡ ਸਰੀ ਦੀ ਟੀਮ ਜਿਹੜੀ ਆ ਉਹ ਨੂੰ ਆਪਣਾ ਵੋਟ ਪਾ ਕੇ ਕਾਮਯਾਬ ਬਣਾਉਣ ਜਿਹਦੇ ਵਿੱਚ ਸੁਖਤਾਲੇਵਾਲ ਮੇਅਰ ਤੇ ਅੱਠ ਹੋਰ ਸਾਡੇ ਜਿਹੜੇ ਕੈਂਡੀਡੇਟਸ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੇਰ ਭੈਣ ਤਨਵਾਦ ਫੇਰ ਇੱਕ ਵਾਰ ਜਿਸ ਕਰਨ ਜੀ ਤੁਹਾਡਾ ਚੈਨਲ ਪੰਜਾਬੀ ਦਾ ਔਰ ਸਮੂਹ ਤੁਹਾਡੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਇੱਕੋ ਇੱਕ ਬੇਨਤੀ ਆ ਜੇ ਤੁਸੀਂ ਚਾਹੁੰਦੇ ਹੋ ਆਮ ਸਧਾਰਨ ਇਨਸਾਨ ਦੀ ਸਿਟੀ ਤਾਈਂ ਪਹੁੰਚ ਹੋਵੇ ਇਹ ਮਾਫੀਆ ਜਿਹੜਾ ਇਸ ਵੇਲੇ ਹੈਗਾ ਉਹਨੂੰ ਬਾਹਰ ਕੱਢਿਆ ਜਾਵੇ ਤਾਂ ਤੁਸੀਂ ਕਿਰਪਾ ਕਰਕੇ 15 ਅਕਤੂਬਰ ਨੂੰ ਵੋਟ ਜਰੂਰ ਪਾਓ ਐਡਵਾਂਸ ਪੋਲ ਵੀ ਹੋਣਿਆ ਉਹਨਾਂ ਦੀ ਇਨਫੋਰਮੇਸ਼ਨ ਵੀ ਜਿਸ ਕਰਨ ਜੀ ਤੁਸੀਂ ਦੇਵੋਗੇ ਪਲੀਜ਼ ਜਰੂਰ ਬਾਹਰ ਆ ਕੇ ਮੈਂ ਇਹ ਬੇਨਤੀ ਕਰਦਾ ਮੈਂ ਤਾਂ ਇਹੀ ਕਹਿਣਾ ਵੀ ਸੁਖ ਧਾਲੀਵਾਲ ਨੂੰ ਔਰ ਜੁਨਾਈਟਿਡ ਸਿਟੀ ਨੂੰ ਵੋਟ ਪਾਓ ਪਰ ਤੁਹਾਡੇ ਬੋਟ ਦਾ ਹੱਕ ਤੁਹਾਨੂੰ ਮਿਲਿਆ ਤੁਸੀਂ ਜਰੂਰ ਆਓ ਵੋਟ ਜਿਹੜੀ ਹੈ ਆਪਣੀ ਉਹਦਾ ਇਸਤੇਮਾਲ ਕਰਕੇ ਅੱਜ ਸਿਟੀ ਹਾਲ ਨੂੰ ਇਹਨਾਂ ਮਾਫੀਆ ਤੋਂ ਬਚਾਓ ਤੇ ਸਹੀ ਬੰਦਿਆਂ ਦੇ ਹੱਥ ਦੇ ਵਿੱਚ ਇਹਦੀ ਬਾਗ ਡੋੜ ਦਿਓ ਤਾਂ ਕਿ ਤੁਹਾਡਾ ਸਾਡੇ ਬੱਚਿਆਂ ਦਾ ਭੁੱਖ ਜਿਹੜਾ ਹੈਗਾ ਸਾਡੇ ਬਿਜ਼ਨਸ ਦਾ ਭੁੱਖ ਜਿਹੜਾ ਉਹ ਵਧੀਆ ਬਣ ਸਕੇ ਮਿਹਰਬਾਨੀ ਜੀ ਸ਼ੁਕਰੀਆ 247 ਵਰ ਹੁਣ ਉਹਦੇ ਨਾਲ ਅਸੀਂ ਗੱਲਬਾਤ ਕੀਤੀ ਮੇਅਰ ਦੀ ਇਲੈਕਸ਼ਨ ਤੋਂ ਬਹੁਤ ਲੰਬੇ ਸਮੇਂ ਤੋਂ ਹੀ ਇਹ ਜਿਹੜਾ ਇੱਥੇ ਮਾਹੌਲ ਕਾਫੀ ਹੋ ਰਿਹਾ ਸੀ ਸਰੀ ਕਿਉਂਕਿ ਬਹੁਤ ਇੱਕ ਇੰਪੋਰਟੈਂਟ ਸ਼ਹਿਰ ਆ ਕੈਨੇਡਾ ਦਾ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਆ ਬਹੁਤ ਸਾਰੇ ਥਾਵਾਂ ਦੇ ਉੱਤੇ 30 32 ਸ਼ਹਿਰਾਂ ਦੇ ਵਿੱਚ ਆਪਣਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਬਸੰਮਤੀ ਨਾਲ ਹੀ ਬਣ ਕੇ ਚਾਹੇ ਬਰਨ ਵੀ ਪੋਰਟ ਮੋਡੀ ਪੋਰਟ ਕਿਕਟਲੋ ਮਤਲਬ ਉੱਥੇ ਕੋਈ ਕੜਾ ਹੀ ਨਹੀਂ ਹੋਇਆ ਦੂਜੇ ਪਾਸੇ ਆਪਣੇ ਆਪ ਹੀ ਉੱਥੇ ਚੁਣੇ ਗਏ ਆ ਸਰੀ ਬਹੁਤ ਮਹੱਤਵਪੂਰਨ ਸ਼ਹਿਰ ਆ ਇਹਦੇ ਵਿੱਚ ਬਹੁਤ ਜਿਹੜੀ ਜਿਹੜਾ ਤੇਜ਼ੀ ਨਾਲ ਗਰੋ ਹੋ ਰਿਹਾ ਇੱਥੇ ਦੀ ਰਾਜਨੀਤੀ ਵਿੱਚ ਵੀ ਐਸੀ ਤਰ੍ਹਾਂ ਸਰਗਰਮੀ ਆ ਸੁਖਤਾਲੀ ਵਾਲਾ ਹੋਣ ਨਾਲ ਅ ਤੇ ਵਕਵਾਕੋ ਮੀ ਦਵਾਰ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਰਵਾਂਗੇ 15 ਅਕਤੂਬਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਵੋਟ ਪਾਉਣ ਜ਼ਰੂਰ ਜਾਓ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ